ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ ਫਿਰ ਕਦਮਾਂ 'ਚ ਰੱਖੂੰ ਬੇਬੇ ਬਾਪੂ ਦੇ ਹਾਂ ਸਤਿ ਸ਼ਕਲ ਜੀ ਮੂਵੀ ਦੇਖਣ ਪਹੁੰਚੇ ਹੋਇਆ ਜੇ ਤੇਰੇ ਨਾਲ ਪਿਆਰ ਨਾ ਹੁੰਦਾ ਤੇ ਇੱਥੇ ਅਸੀਂ ਬੰਦਾ ਘੇਰ ਲਿਆ ਗਰਜਾਇਤ ਭਾਈ ਸਤਿ ਸ਼ਕਰੀ ਵੀਰੇ ਸਤਿ ਸ਼ਕਲ ਠੀਕ ਠਾਕ ਜੀ ਪਹਿਲਾਂ ਤਾਂ ਜ਼ਿੰਦਗੀ ਕਿਵੇਂ ਚੱਲਦੀ ਜ਼ਿੰਦਗੀ ਪਾਣੀ ਪੀਪੀ ਚੱਲ ਰਹੀ ਹੈ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ ਸ਼ੁਕਰ ਹੈ ਮਾਲਕ ਦਾ ਰੰਗ ਲਾਏ ਪਏ ਨੇ ਬਸ ਖਾਂਟੋ ਫੁੱਲਾਂ ਤੇ ਨਜ਼ਾਰੇ ਆ ਪੁਰੇ ਫਿਲਮ ਦੀਆਂ ਕੀ ਰਿਪੋਰਟਾਂ ਫਿਲਮ ਵੇਖਣ ਆਇਆ ਫਿਲਮ ਮੈਂ ਰਿਪੋਰਟਾਂ ਤੁਸੀਂ ਦੋਗੇ ਤੇ ਮੈਂ ਸ਼ੁਭਕਾਮਨਾ ਲੈ ਕੇ ਆਇਆਗਾ ਸਾਰੀ ਟੀਮ ਨੂੰ ਮੈਂ ਐਕਸਾਈਟਿਡ ਆ ਮੂਵੀ ਦੇ ਲਈ ਕਿਉਂਕਿ ਮਨੀ ਵੀਰੇ ਨੇ ਲਿਖੀਆਂ ਤਾਂ ਫਿਲਮਾਂ ਬਹੁਤ ਨੇ ਬਾਈਆਂ ਨੇ ਕਾਫੀ ਲਿਖੀਆਂ ਹੋਈਆਂ ਉਹਨਾਂ ਦੀਆਂ ਡਾਇਰੈਕਟ ਪਹਿਲੀ ਕੀਤੀ ਆ ਸੋ ਐਕਸਾਈਟਿਡ ਆ ਮੈਂ ਉਹਨਾਂ ਦੇ ਲਈ ਤੇ ਬਾਕੀ ਫਿਲਮ ਬਾਰੇ ਦੇਖ ਕੇ ਦੱਸੂਗਾ ਮੈਂ ਅਸਲੀ ਰਿਵਿਊ ਕੀ ਨੇ ਫਿਲਮ ਇੰਡਸਟਰੀ ਦੇ ਵਿੱਚ ਜਦੋਂ ਨਵੇਂ ਚਿਹਰਿਆਂ ਨੂੰ ਕੰਮ ਮਿਲਦਾ ਹੈ ਨਵੇਂ ਚਿਹਰਿਆਂ ਤੋਂ ਕੰਮ ਲਿਆ ਜਾਂਦਾ ਹੈਗਾ ਫਿਲਮਾਂ ਬਣਦੀਆਂ ਪ੍ਰੋਜੈਕਟ ਬਣਦੇ ਆ ਇਸ ਇਨੀਸ਼ੀਏਟਿਵ ਨੂੰ ਕਿਵੇਂ ਦੇਖਦੇ ਬਹੁਤ ਵਧੀਆ ਗੱਲ ਹੈ ਬਹੁਤ ਵਧੀਆ ਅਪਰਾਲਾ ਇਹ ਬਹੁਤ ਵਧੀਆ ਉਦਮ ਹੈ ਇਹ ਤੁਹਾਨੂੰ ਨਵੇਂ ਜਦੋਂ ਮੈਂ ਫੇਰ ਪਹਿਲਾਂ ਵੀ ਗੱਲ ਬੋਲੀ ਸੀ ਵਾਰ-ਵਾਰ ਬੋਲਦਾ ਮੈਂ ਜਦੋਂ ਬਾਗ ਦੇ ਵਿੱਚ ਵੱਖਰੇ-ਵੱਖਰੇ ਫਲ ਪਏ ਹੁੰਦੇ ਨੇ ਜਦੋਂ ਫਿਰ ਉਹ ਬਾਗ ਇਹਨਾਂ ਖੂਬਸੂਰਤ ਹੋ ਜਾਂਦਾ ਜਦੋਂ ਨਵੇਂ ਕਿਰਦਾਰ ਆਉਂਦੇ ਨੇ ਜਿਵੇਂ ਮੈਂ ਵੀ ਆਇਆ ਸੀ ਮੈਂ ਵੀ ਹਜੇ ਨਵਾਂ ਹੀ ਆ ਚਲੋ ਮੇਰੀ ਇੱਕ ਫਿਲਮ ਹੀ ਆਈ ਹੈ ਹਜੇ ਹਰੇਕ ਬੰਦਾ ਆਪਣੀ ਮਤਲਬ ਕਿ ਖੁਸ਼ਬੂ ਲੈ ਕੇ ਆਉਂਦਾ ਹੈਗਾ ਫਿਰ ਉਹ ਖੁਸ਼ਬੂ ਚਾਰ ਪਾਸੇ ਖਿਲਰਦੀ ਹੈ ਫਿਰ ਸਾਰੇ ਮਤਲਬ ਕਿ ਫਰੈਸ਼ ਚੀਜ਼ ਮਿਲਦੀ ਹੈ ਤਾਂ ਨਵੀਂ ਚੀਜ਼ ਕਹਿ ਦਿੰਦੇ ਆ ਜੀਰੋ ਆਪਾਂ ਫਿਰ ਵਧੀਆ ਉਹ ਸਾਰੇ ਪਸੰਦ ਕਰਦੇ ਉਹਨੂੰ ਹੁਣ ਜਿਵੇਂ ਇਹ ਫਿਲਮ ਦੇ ਵੀ ਸਾ ਕਾਫੀ ਉਦਾਂ ਤਾਂ ਨਵੀਂ ਬਈ ਹੋਣੀ ਬਹੁਤ ਪੁਰਾਣੇ ਨਹੀਂ ਸਾਡੇ ਤੋਂ ਬਹੁਤ ਜ਼ਿਆਦਾ ਸੀਨੀਅਰ ਨਹੀਂ ਮੈਂ ਉਹਨਾਂ ਨੂੰ ਗਾਣੇ ਅਜ ਕਦੋਂ ਤੋਂ ਦੇਖਦੇ ਆ ਰਹੇ ਆਂਗੇ ਪਰ ਹੀਰੋ ਦੇ ਤੌਰ ਤੇ ਪਹਿਲੇ ਹੀ ਆਏ ਪਹਿਲੀ ਵਾਰ ਆਏ ਨੇ ਉਹ ਤਾਂ ਸ਼ੁਭ ਕਾਮਨਾਵਾਂ ਵਧੀਆ ਗੱਲ ਹੈ ਵਧੀਆ ਬਰਾਲਾ ਇਦਾਂ ਹੀ ਨਵੇਂ-ਨਵੇਂ ਨੂੰ ਸਾਰਿਆਂ ਨੂੰ ਮੌਕਾ ਮਿਲਦਾ ਰਹਿਣਾ ਚਾਹੀਦਾ ਹੈਗਾ ਮੈਂ ਆਪਣੀ ਜਿਹੜੀ ਪੰਜਾਬੀ ਆਡੀਅנס ਦੀ ਵੀ ਗੱਲ ਕਰਦਾ ਹੈਗਾ ਮੈਂ ਜਦੋਂ ਫਿਲਮਾਂ ਜਦੋਂ ਕੋਈ ਵੀ ਲੱਗਦੀ ਆਪਾਂ ਦੇਖਦੇ ਹੈਗੇ ਆ ਜਾਂ ਦੇਖਣ ਤੋਂ ਪਹਿਲੇ ਮਿਲਦਾ ਟ੍ਰੇਲਰ ਵੇਖ ਕੇ ਜਿਹੜੇ ਆਪਣਾ ਦੀ ਰੁਚੀ ਬਣੀ ਹੋਈ ਆ ਸਾਰਿਆਂ ਦੀ ਕਿ ਉਹ ਛੇਤੀ ਮਤਲਬ ਜਲਦੀ ਹੁੰਦੀ ਆ ਰਿਵਿਊ ਦੇਣ ਦੀ ਹੈ ਨਾ ਤੇ ਜਲਦੀ ਉਹਨੂੰ ਆਪਾਂ ਰਿਜੈਕਟ ਵੀ ਕਰ ਦਿੰਨੇ ਹੈਗੇ ਆ ਕਈ ਵਾਰੀ ਫਿਲਮਾਂ ਨੂੰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਗਾ ਤੁਸੀਂ ਗੀਤਾਂ ਦੇ ਵਿੱਚ ਵੀ ਤੁਸੀਂ ਕਾਫੀ ਕੰਮ ਕੀਤਾ ਹੈਗਾ ਗੀਤ ਕੀ ਕੀਤੇ ਹੈਗੇ ਨੇ ਆਪਦੇ ਐਜ਼ ਅ ਸਿੰਗਰ ਤੇ ਉਸ ਤੋਂ ਬਾਅਦ ਫਿਲਮ ਕੀਤੀ ਜਲਵਾਯੂ ਟਾਵਰ ਪਸੰਦ ਵੀ ਕੀਤੀ ਗਈ ਦਰਸ਼ਕਾ ਵੱਲੋਂ ਕਿੰਨਾ ਇੱਕ ਫਰਕ ਮਹਿਸੂਸ ਕਰਦੇ ਹਾਂ ਤੇ ਕਿੰਨਾ ਕਿ ਮਿਹਨਤ ਹੁੰਦੀ ਹੈ ਉਸ ਚੀਜ਼ ਦੇ ਪਿੱਛੇ ਕਿ ਦਰਸ਼ਕਾਂ ਨੂੰ ਤੁਸੀਂ ਦੱਸਣਾ ਚਾਹੋ ਕਿ ਇਹਨੇ ਛੇਤੀ ਰਿਵਿਊ ਨਾਲ ਲੱਤ ਜਾਵੇ ਦੇਖ ਪਰਖ ਕੇ ਫਿਰ ਉਸ ਤੋਂ ਬਾਅਦ ਸਾਡੇ ਨਾਲ ਜਿਹੜੇ ਪੰਜਾਬੀ ਆ ਅਸੀਂ ਥੋੜੇ ਜੇ ਉਹ ਆ ਮਤਲਬ ਕਿ ਕੀ ਕੀ ਮਤਲਬ ਕਿ ਮਤਲਬ ਕਿ ਨਾਲ ਦੀ ਨਾਲ ਰੈਕਟ ਕਰ ਦਿੰਦੇ ਆ ਅਸੀਂ ਕਿਸੇ ਵੀ ਚੀਜ਼ ਨੂੰ ਮੈਂ ਵੀ ਆ ਮੈਂ ਵੀ ਬਹੁਤ ਚੀਜ਼ਾਂ ਚ ਕਰਦਾ ਉਹ ਆਪਣੇਆਂ ਨੂੰ ਥੋੜੀ ਜੀ ਕਾਲੀ ਹੁੰਦੀ ਹੈ ਡੈਡ 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 ਕਰਕੇ ਕੋਈ ਗੱਲ ਨਹੀਂ ਉਹ ਵੀ ਠੀਕ ਨੇ ਕੋਈ ਗੱਲ ਨਹੀਂ ਸਾਰੇ ਆਪਣੇ ਭਰਾ ਭੈਣਾ ਹੀ ਨੇ ਕੋਈ ਜੀ ਕੋਈ ਗੱਲ ਨਹੀਂ ਕੋਈ ਨਹੀਂ ਇੱਥੇ ਕੋਈ ਆਪਣਾ ਵਿਰੋਧੀ ਨਹੀਂ ਕੋਈ ਹੇਟਰ ਨਹੀਂ ਸਭ ਆਪਣੇ ਭਰਾ ਨੇ ਕੋਈ ਗੱਲ ਨਹੀਂ ਮੈਨੂੰ ਐ ਹੁੰਦਾ ਵੀ ਦੇਖੋ ਜ਼ਰੂਰ ਇੱਕ ਵਾਰੀ ਚੀਜ਼ ਕੋਈ ਵੀ ਚੀਜ਼ ਕਿਸੇ ਨੇ ਬਣਾਈ ਹੈਗੀ ਤਾਂ ਇੱਕ ਵਾਰ ਦੇਖੋ ਜੇ ਤੁਹਾਨੂੰ ਨਹੀਂ ਵਧੀਆ ਲੱਗਦੀ ਫਿਰ ਬੋਲੋ ਹਾਂ ਜੇ ਨਹੀਂ ਵਧੀਆ ਲੱਗਦੀ ਤਾਂ ਵੀ ਬੋਲੋ ਵੀ ਯਾਰ ਬਣੀ ਨਹੀਂ ਪੋਜ਼ਿਟਿਵ ਵੇਚ ਪਰ ਜਿਵੇਂ ਆਪਾਂ ਕਿਸੇ ਆਪਣੇ ਆਪਣੇ ਬੰਦੇ ਨੂੰ ਕਲਾਕਾਰ ਕੀ ਨੇ ਕਲਾਕਾਰ ਸਰੋਤਿਆਂ ਦੇ ਨੇ ਸਰੋਤਿਆਂ ਦੇ ਨਾਲ ਨੇ ਕਿ ਤੁਸੀਂ ਥੋੜੇ ਹੀ ਆ ਸਾਨੂੰ ਕੋਈ ਚੀਜ਼ ਮੇਰੀ ਨਹੀਂ ਚੰਗੀ ਲੱਗਦੀ ਤਾਂ ਕੋਈ ਗੱਲ ਨਹੀਂ ਮੈਨੂੰ ਕਹੋ ਵੀ ਆ ਬਾਈ ਆ ਕਰਕੇ ਤੇਰੀ ਫਲਾਣੀ ਚੀਜ਼ ਸੀ ਵੀ ਆ ਉਹਦੇ ਚ ਆ ਚੀਜ਼ ਨਹੀਂ ਵਧੀਆ ਲੱਗੀ ਉਹਦੇ ਨਾਲ ਕੀ ਹੋਊਗਾ ਤੁਹਾਨੂੰ ਸਾਡੇ ਅਸਲੀ ਰਿਵਿਊ ਨੇ ਜਿਹੜੇ ਤੁਹਾਡੇ ਤੱਕ ਪਹੁੰਚਣਗੇ ਫੇਰ ਕਿਸੇ ਚੀਜ਼ਾਂ 'ਚ ਸੁਧਾਰ ਆਪਣੀਆਂ ਪਾਊਗਾ ਜਦੋਂ ਵਿੱਚ ਕੋਈ ਸਿਸਟਮ ਹੋਰ ਖਰਾਬ ਹੋ ਜਾਏ ਫਿਰ ਸਾਨੂੰ ਪਤਾ ਹੀ ਨਹੀਂ ਨਾ ਲੱਗਦਾ ਵੀ ਸਰੋਤੇ ਕੀ ਚਾਹੁੰਦੇ ਨੇ ਹੁਣ ਆ ਸੋਸ਼ਲ ਮੀਡੀਆ ਦਾ ਚਲੋ ਫਾਇਦਾ ਫਾਇਦਾ ਰਹੀ ਹੈ ਇਹੇ ਉਹ ਸਾਡੇ ਸਰੋਤਿਆਂ ਦੇ ਡਾਇਰੈਕਟਰ ਵੀ ਸਾਡੇ ਤੱਕ ਆ ਜਾਂਦੇ ਨੇ ਵੀ ਭਾਈ ਆ ਚੀਜ਼ ਨਹੀਂ ਆ ਕਰੋ ਇਹਨੂੰ ਲੋ ਐਦਾਂ ਦਾ ਗਾਣਾ ਕਰੋ ਤਾਂ ਫਿਰ ਅਸੀਂ ਉਹ ਬਣਾਉਣਾ ਹੀ ਉਹਨਾਂ ਦੇ ਲਈ ਹੈ ਫਿਰ ਜੋ ਉਹਨਾਂ ਨੇ ਕਹਿਣਾ ਸੀ ਉਹ ਹੀ ਬਣਾ ਦੇਣਾ ਹੈਗਾ ਤੇ ਹੁਣ ਗਜ਼ਾਇਰ ਹੋਰਾਂ ਦੇ ਅਗਲੀ ਮੂਵੀ ਕਿਹੜੇ ਪ੍ਰੋਜੈਕਟ ਆ ਰਹੇ ਨੇ ਮੇਰੀ ਇੱਕ ਤਾਂ ਪਿੱਛੇ ਜੀ ਅਨਾਉਂਸ ਹੋਈਆਂ ਮੂਵੀ ਸਾਡੀ ਗੋਡੇ-ਗੋਡੇ ਚਾ ਜਗਦੀਪ ਸਿੱਧੂ ਵੀਰੇ ਦੀ ਲਿਖੀ ਹੋਈ ਹੈਗੀ ਤੇ ਦਾਦੂ ਡਾਇਰੈਕਟ ਕਰ ਰਹੇ ਨੇਗੇ ਬਹੁਤ ਖੂਬਸੂਰਤ ਫਿਲਮ ਹੈਗੀ ਬਹੁਤ ਵੱਡੀ ਕਾਸਟ ਹੈਗੀ ਫਿਲਮ ਦੀ ਉਹ ਆ ਰਹੀ ਹੈ ਮਨ ਲੱਗਦਾ ਉਹਦੀ ਡੇਟ ਪੈ ਜਾਣੀ ਆ 2-4 ਦਿਨਾਂ ਅਚ ਕਿਦਣ ਹੋਣੀ ਆ ਰਿਲੀਜ਼ ਤੇ ਇੱਕ ਸਾਡੀ ਚਪਾਲ ਦੀ ਮੂਵੀ ਆ ਰਹੀ ਹੈਗੀ ਹਵਾ ਉਹ ਮਨ ਲੱਗਦਾ ਹੋਰਰ ਕਮੇਡੀ ਹੈ ਜਿੱਦਾਂ ਆਪਣੇ ਬਾਲੀਵੁੱਡ ਚ ਪਸਤਰੀ ਫਿਲਮ ਵਗੈਰਾ ਕਹਿ ਦਿੰਦੇ ਆਂਗੇ ਉਹ ਫਿਰ ਉਹ ਸ਼ੂਟ ਹੋ ਗਈ ਉਹ ਰੈਡੀ ਆ ਮਨ ਲੱਗਦਾ ਉਹਦਾ ਵੀ ਅਪਡੇਟ ਜਲਦੀ ਆ ਜਾਣੀ ਆ ਉਹ ਵੀ ਮੂਵੀ ਬਹੁਤ ਸੋਹਣੀ ਹੈਗੀ ਮੇਰੀ ਫਿਲਹਾਲ ਦੋ ਹੀ ਆ ਰਹੀਆਂ ਨੇ ਮੇਰੀਆਂ ਜਿਹੜੀਆਂ ਰੈਡੀ ਨੇ ਬਾਕੀ ਅਗੇ ਇਨ ਫਿਊਚਰ ਦਾ ਕਾਫੀ ਕਰਦੇ ਰਵਾਂਗੇ ਚੱਲ ਜਾਂਦੇ ਪ੍ਰੋਜੈਕਟ ਚਾਹੇ ਦੋ ਆ ਰਹੀਆਂ ਨੇ ਪਰ ਐਕਸਪੈਰੀਮੈਂਟ ਨੇ ਵੇਖ ਲੈਣਾ ਦੋਨੋਂ ਹੀ ਦੋਨੋਂ ਹੀ ਨਵੀਂ ਡਿਫਰੈਂਟ ਨੇ ਬਿਲਕੁਲ ਹਵਾ ਵੀ ਬਿਲਕੁਲ ਡਿਫਰੈਂਟ ਹੈ ਤੇ ਜਿਹੜੀ ਗੋਡੇ-ਗੋਡੇ ਚਾ ਉਹ ਤਾਂ ਫਿਲਮ ਹੀ ਕਿਆ ਬਾਤ ਹੀ ਹੈ ਉਹ ਤਾਂ ਬਸ ਉਹ ਫਿਲਮ ਦਾ ਹਿੱਸਾ ਹੋਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਹੈ ਜੀ ਇਸ ਫਿਲਮ ਦੇ ਲਈ ਜਿਹੜੀ ਫਿਲਮ ਦਾ ਆਪਾਂ ਵੇਖਣ ਆਏ ਹੋਏ ਆ ਜੇ ਤੇਰੇ ਨਾਲ ਪਿਆਰ ਨਾ ਹੁੰਦਾ ਕੀ ਫੀਲ ਕਰਨਾ ਚਾਹੁੰਦਾ ਮੈਂ ਬਹੁਤ ਵਧੀਆ ਫੀਲ ਮਤਲਬ ਕਿ ਉਹ ਪੋਜ਼ਿਟਿਵ ਆ ਫਿਲਮ ਨੂੰ ਲੈ ਕੇ ਕਿਉਂਕਿ ਮਨੀ ਵੀਰਾ ਮੇਰਾ ਬਹੁਤ ਸਾਡਾ ਪੁਰਾਣਾ ਪਿਆਰ ਹੈ ਪ੍ਰਾਣੀ ਲਿਆ ਜਾਗੀ ਤੇ ਸ਼ੁਭ ਕਾਮਨਾਵਾਂ ਮੇਰੇ ਵੱਲੋਂ ਸਾਰੀ ਟੀਮ ਨੂੰ ਤੇ ਮਾਲਕ ਵਧੀਆ ਹੀ ਕਰੂਗਾ ਵਧੀਆ ਬੰਦਿਆਂ ਨਾਲ ਹਮੇਸ਼ਾ ਵਧੀਆ ਹੀ ਜਾਂਦਾ ਹੁੰਦਾ ਸ਼ੌਕਮਨਾ ਮੈਂ ਕਹਿੰਦਾ ਦੋ ਲਾਈਨਾਂ ਵੀ ਹੋ ਜਾਣ ਨਾਲ ਹਾਂ ਮੈਂ ਉਹ ਹੀ ਕਹਿੰਦਾ ਇਹ ਸਾਰਾ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ ਜੱਗ ਜਿੱਤ ਲੈਣਾ ਐ ਮੈਂ ਵੇਖ ਲਈ ਫਿਰ ਕਦਮਾਂ 'ਚ ਰੱਖੂ ਬੇਬੇ ਬਾਪੂ ਦੇ ਹਾਂ ਬਹੁਤ ਬਹੁਤ ਬੈਸਟ ਵਿਸ਼ੇਸ ਬਾਈ ਜੀ ਆਉਣ ਵਾਲੀਆਂ ਤੁਹਾਡੀਆਂ ਮੂਵੀਜ਼ ਦੇ ਲਈ